ਖੜ ਜਾ ਕੇਰਾ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਗੁੱਡ ਮੋਰਨਿੰਗ, ਗੁੱਡ ਆਫਟਰਨੂਨ ਹੋ ਗਿਆ ਅਤੇ ਸ਼ੁਰੂ ਕਰਦੇ ਅੱਜ ਦਾ ਵਲੋਗ। ਅਤੇ ਅੱਜ ਆਪਾਂ ਰੈਡੀ ਸ਼ੈਡੀ ਹੋ ਗਏ ਹਾਂ, ਸਮਾਨ ਗੱਡੀ ਦੇ ਵਿੱਚ ਧਰ ਲਿਆ ਆ ਅਤੇ ਤਕਦੀਰ ਵੀ ਗੱਡੀ ਦੇ ਵਿੱਚ ਤਿਆਰ ਹੈ ਅਤੇ ਆਪਾਂ ਜਿਹੜਾ ਆ ਜਾਣ ਲੱਗੇ ਹਾਂ ਜੋਤ ਦੇ ਪੇਕੇ। ਮੰਮੀ ਪਾਪਾ ਨੂੰ ਬਾਏ ਬਾਏ ਕਰਦੇ, ਦਾਦੂ ਦਾਦੀ ਨੂੰ ਮਾਏ 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 ਦੁੱਧ ਪੀਂਦੀ ਆ। ਲਓ ਜੀ, ਪੌਣੇ ਇੱਕ ਹੋ ਗਿਆ ਤੁਰਦਿਆਂ ਨੂੰ। ਆਹ ਆਪਣਾ ਨਾ ਸਟੇਅਰਿੰਗ ਹੋਇਆ ਪਿਆ ਖਰਾਬ, ਇਹ 'ਤੇ ਕਵਰ ਚੜਾਉਣਾ ਹੈ ਕਿਉਂਕਿ ਪੁਰਾਣਾ ਜਿਹੜਾ ਕਵਰ ਸੀਗਾ ਉਹ ਲਾ ਤਾ ਆਪਾਂ ਅਤੇ ਥੱਲਿਓ ਥੋੜ੍ਹਾ ਜਿਹਾ ਖਰਾਬ ਸੀਗਾ। ਚਲੋ ਕੋਈ ਗੱਲ ਨਹੀਂ, ਇੰਨਾ ਕੁ ਚੱਲਦਾ ਹੀ ਆ। ਅਤੇ ਪੌਣੇ ਇੱਕ ਦਾ ਟਾਈਮ ਹੋ ਗਿਆ ਆ, ਚੱਲਦੇ ਹਾਂ ਜੀ। ਅਤੇ ਅੱਜ ਜਾਣਾ ਆ, ਤੁਹਾਨੂੰ ਪਤਾ ਹੀ ਆ ਫਿਰ ਜੋਤ ਦੇ ਪੇਕੇ। ਉਹ ਭਰਾਵਾ ਜਮਾਂ ਹੀ ਸੁਰਲੇ ਹੀ ਆ, ਗਰਮੀ ਨਾਲ ਪਤਾ ਨਹੀਂ ਪੌਂਦਲੇ ਫਿਰਦੇ ਆ। ਲੁਧਿਆਣੇ ਮਾਸੀ ਕੋਲੇ, ਕਿਉਂਕਿ ਜੋਧ ਦੇ ਤੁਹਾਨੂੰ ਪਤਾ ਹੀ ਆ ਵੀ ਜੋਧ ਸਾਰੇ ਭਰਾਵਾਂ ਦੇ ਆਪਣਿਆਂ ਦੀ ਰੱਖੜੀ ਬੰਨਦੀ ਆ, ਠਾਕਰ ਹੋਰਾਂ ਦੇ ਵੀ, ਫਿਰ ਮਾਮੇ ਦੇ ਮੁੰਡੇ ਦੇ ਵੀ। ਦੇਖੋ ਯਾਰ ਸਾਹਮਣੇ ਕਿੰਨਾ ਘੈਂਟ ਲੱਗ ਰਿਹਾ, ਮਤਲਬ ਕੋਠੀਆਂ ਆਈਆਂ ਕੱਲੀਆਂ ਕੱਲੀਆਂ। ਪਹੁੰਚ ਅਸੀਂ ਕੈਲੀਫੋਰਨੀਆ ਗਏ, ਕਹਿੰਦੇ ਵੀ ਸੁਣਿਆ ਮੈਂ ਜ਼ਿੰਦਗੀ 'ਚ ਜਾਣਾ ਜ਼ਰੂਰ ਆ। ਕਹਿੰਦੇ ਜਿਹੜੀ ਕੈਲੀਫੋਰਨੀਆ ਸਟੇਟ ਆ, ਮੈਨੂੰ ਹੁਣ ਆਪਾਂ ਕੈਲੀਫੋਰਨੀਆ ਕੋਈ ਰਹਿੰਦਾ ਹੋਵੇ ਦੇਖਦਾ ਹੋਵੇ ਤਾਂ ਜ਼ਰੂਰ ਦੱਸੋ ਕਮੈਂਟ। ਕਹਿੰਦੇ ਜਿਹੜੀ ਕੈਲੀਫੋਰਨੀਆ ਸਟੇਟ ਆ ਉਹ ਜਮਾਂ ਪੰਜਾਬ ਵਰਗੀ ਆ, ਉੱਥੇ ਜਾ ਕੇ ਐਂ ਲੱਗਦਾ ਹੀ ਨਹੀਂ ਇਕੱਲੇ ਬਸ ਜਿਵੇਂ ਗੱਡੀਆਂ ਤੋਂ ਜਾਂ ਟਰੱਕਾਂ ਤੋਂ ਜਾਂ ਕੋਈ ਸ਼ੋਪਾਂ ਤੋਂ ਪਤਾ ਲੱਗਦਾ ਵੀ ਆਪਾਂ ਅਮੈਰੀਕਾ 'ਚ ਆ। ਕਹਿੰਦੇ ਲੱਗਦਾ ਹੀ ਨਹੀਂਗਾ, ਜ਼ਿਆਦਾਤਰ ਪੰਜਾਬੀ ਆਪਣੇ ਰਹਿੰਦੇ ਵੀ ਕੈਲੀਫੋਰਨੀਆ ਸਟੇਟ 'ਚ ਹੀ ਆ। ਕਹਿੰਦੇ ਕਈ ਇਲਾਕੇ ਤਾਂ ਜਮਾਂ ਹੀ ਪੰਜਾਬ ਵਰਗੇ ਆ, ਤਾਂ ਕਿੰਨਾ ਮਤਲਬ ਸੋਹਣਾ ਲੱਗ ਰਿਹਾ ਯਾਰ ਮਾਹੌਲ, ਹੈ ਨਾ। ਆਈਫੋਨ 'ਚ ਹੋਰ ਵੀ ਘੈਂਟ ਆ ਰਿਹਾ, ਉੱਦਾਂ ਵੀ ਠੀਕ ਆ, ਮੌਸਮ ਵੀ ਹੋਰ ਹੀ ਆ ਮਿੱਠਾ ਮਿੱਠਾ ਜਿਹਾ। ਲੁਧਿਆਣੇ ਪਹੁੰਚੇ ਆ ਹਜੇ, ਤੇ ਸਵਾਗਤ ਮੀਂਹ ਦੇ ਨਾਲ ਹੋ ਰਿਹਾ। ਮੀਂਹ ਬਹੁਤ ਜ਼ਿਆਦਾ ਪੈ ਰਿਹਾ ਬਾਈ, ਕੀ ਕਰਾਂਗੇ ਸਮਝੋ ਬਾਹਰ ਆ। ਸਹੀ ਗੱਲ ਆ, ਇੰਨਾ ਮੀਂਹ ਤਾਂ ਪਿਆ ਹੀ ਨੀਗਾ। ਮੈਂ ਇਹਨੂੰ ਡੱਬਾ ਲਿਆ ਕੇ ਦਿੱਤਾ ਮੁਕਲ ਹੋਰਾਂ ਵਾਸਤੇ, ਅਗੇ ਮੇਰੇ ਪਰਸ ਚੋਂ ਕਾਹਦੇ ਪੈਸੇ ਲੈ ਕੇ ਕੱਢ ਕੇ ਲੈ ਦੱਸ। ਰੱਖੜੀ ਤੂੰ ਬੰਨਣੀ, ਤੈਨੂੰ ਰੱਖੜੀ ਦੇ ਪੈਸੇ ਮਿਲਣੇ ਆ। ਹੈਂ ਰੱਖ ਲਈ, ਮੈਂ ਕਦੋਂ ਮੰਗੇ ਆ? ਮੰਗਦਾ ਥੋੜੀ ਆ, ਤੂੰ ਖੋਲਾ ਹੁੰਦਾ ਮੇਰਾ ਤੋਂ ਵੀ ਦੇ ਦੇ। ਆ ਕਾਕੇ ਮੇਰੀ ਗੱਲ ਸੁਣ, ਚੱਕਣਾ ਕੀ ਕੀ ਆ? ਆ ਤਾਂ ਚੱਕ ਕੇ ਰਾਂ ਹੁਣ, ਮੇਰੀ ਗੱਲ ਤਾਂ ਸੁਣ ਇੱਕ ਮਿੰਟ, ਆ ਵੀ ਚੱਕ ਲੈਣੀ ਆ, ਮੈਂ ਆ ਵੀ ਚੱਕ ਲੈਣੀ ਆ। ਲੁਧਿਆਣੇ ਆਉਂਦਾ ਵੈਸੇ ਅੱਜ ਐਤਵਾਰ ਆ, ਜਿੱਥੇ ਮਰਜ਼ੀ ਗੱਡੀ ਲਾ ਦਈਏ। ਚੱਲ ਪੁਲੀਸ ਸਾਹਿਬ ਮੂਰੇ ਮੂਰੇ ਜਾ ਰਹੇ ਸੀਗੇ, ਤੂੰ ਹੀ ਐਕਸਟਰਾ ਸਮਾਨ ਚੱਕਿਆ, ਮੈਂ ਤਾਂ ਤੈਨੂੰ ਕਿਹਾ ਸੀਗਾ ਮੈਂ ਵੀ ਬਾਅਦ 'ਚ ਚੱਕ ਲਾਂਗੇ। ਗੇੜਾ ਲਾਊਗਾ ਮੇਰਾ ਘਰ ਵਾਲਾ ਵਿਚਾਰਾ, ਪਰਾਉਣਾ ਆ ਤੂੰ, ਅਕਸ਼ ਨੂੰ ਤੇਰੀ ਸੇਵਾ ਕਰਨੀ ਆ। ਸੌਰੀ, ਤੈਨੂੰ ਤਾਂ ਖੜਾਉਣਾ ਮਿਲ ਗਿਆ ਮਾਸੀ ਕੋਲੇ ਆਉਂਦੇ ਹੀ। ਮਾਸੀ ਕੇ ਲੱਗਿਆ ਫੋਨ ਜੀਓ ਦਾ,
ਲਾ ਕੇ ਹੁਣ ਲਾਈ ਜਾਂਦੀ ਆ ਪਤਾ, ਐਮਰਜੈਂਸੀ ਨੰਬਰ ਨਾ ਡਾਇਲ ਕਰਦੀ ਹੋਰ ਕਿਤੇ, ਇੱਥੇ ਆ ਖੜੇ ਕੋਈ ਐਮਰਜੈਂਸੀ ਵਾਲਾ ਸਾਡਾ ਮੁਕੁਲ ਕਿੱਥੋਂ ਆਇਆ, ਛੇਤੀ ਆ ਗਿਆ ਅੱਜ, ਹੁਣ ਜਾਣਾ ਤਾਂ ਨੀ ਮਾੜੀ ਚੀਜ਼ ਨੀ ਖਲਾਉਂਦੇ ਪੇਕੇ ਮੇਰੇ, ਵਧੀਆ ਵਧੀਆ ਸਮਾਨ ਖਵਾਉਂਦੇ ਡੱਬਿਆਂ ਵਾਲਾ, ਜਵਾਈ 100 ਸੁੱਖਾਂ ਦਾ ਇੱਕ ਜਵਾਈ ਆ ਡੱਬਾ ਦੇ ਰਿਹਾ। ਅਸੀਂ ਨਾ ਜਦੋਂ ਛੋਟੇ ਛੋਟੇ ਹੁੰਦੇ ਸੀ, ਮਾਸੜ ਸਾਨੂੰ ਨਾ ਗੋਲ ਗੱਪੇ ਖਵਾ ਕੇ ਲਿਆਉਂਦਾ ਹੁੰਦਾ ਸੀ, ਉਧਰ ਲਜੋਕ ਅੱਡ ਅੱਡ ਗੋਲ ਗੱਪੇ ਹੁੰਦੇ ਹੁੰਦੇ ਸੀ ਨਾ ਮਾਸੜ ਜੀ, ਸਪੈਸ਼ਲ ਦੁਕਾਨ ਹੁੰਦੀ ਸੀ ਉਹ। ਅਰੇ ਤੱਤੀ ਨਾ ਲਾ ਦੇਣੀ ਲੱਤ, ਮੈਂ ਤਾਂ ਮੇਰਾ ਭਰਾ ਖਾਣਗੇ, ਦੂਜੇ ਭਰਾ ਬਰਗਰ ਬਰਗਰ ਲਿਆ ਆਪਣੇ ਲਈ, ਬਰਗਰ ਕਿੱਥੇ ਖਾਦਾ ਜਦੋਂ ਤੈਨੂੰ ਫੋਨ ਕੀਤਾ ਸੀਗਾ, ਪੁੱਛਦੀ ਨਹੀਂ ਸੀ। ਇੱਥੇ ਗੱਡੀ ਨਾ ਗੱਡੀ ਖਹਿ ਕੇ ਨਹੀਂ, ਇੱਥੇ ਤਾਂ ਮੋਟਰਸਾਈਕਲ ਨਾ ਮੋਟਰਸਾਈਕਲ ਖਹਿ ਕੇ ਲੰਘਦਾ ਚੌੜੇ ਬਾਜ਼ਾਰ 'ਚ, ਹੈਂ ਤੇ ਨਾ ਚੌੜਾ ਬਾਜ਼ਾਰ ਹੈ ਨਾ, ਗੱਡੀ ਤਾਂ ਚੱਕ ਕੇ ਲੈ ਕੇ ਜਾਣੀ ਪੈਂਦੀ ਉਹ ਹੈਲੀਕਾਪਟਰ ਵਾਂਗੂ, ਬਾਹਲਾ ਰਸ਼ ਹੈ ਯਾਰ ਅੱਜ ਨਾ। ਲੋ ਜੀ ਤਕਦੀਰ ਦੇ ਡਾਈਪਰ ਆਪਾਂ ਭੁੱਲ ਆਏ ਸੀਗੇ, ਤੇ ਫਿਰ ਆਪਾਂ ਨੂੰ ਇੱਥੇ ਆਏ ਆਪਾਂ ਬਾਜ਼ਾਰ ਦੇ ਵਿੱਚ, ਪਤਾ ਨਹੀਂ ਕਿਹੜਾ ਬਾਜ਼ਾਰ ਹੈ ਇਹ, ਪਰ ਭੀੜਾ ਬਾਜ਼ਾਰ ਹੀ ਲੱਗਦਾ ਮੈਨੂੰ, ਤੇ ਆਪਾਂ ਇੱਥੋਂ ਡਾਈਪਰਾਂ ਦਾ ਪੈਕ ਲਿਆ, ਇੱਥੇ ਸਸਤਾ ਪਿਆ ਔਨਲਾਈਨ ਨਾਲੋਂ ਵੀ ਯਾਰ, ਇਹ ਭੇਜ ਵੀ ਦਿੰਦੇ ਆ ਇਹ, 200-300 ਬਸ ਦਾ ਪਿਆ ਕਰਨਾ। ਹਾਂਜੀ ਮੁਕਲ ਵੀਰ ਜੀ, ਮੋਹਰੇ ਕਿੱਦਾਂ ਮੇਰੀ ਸੀਟ ਤੇ ਸਾਜ ਕੇ ਬਹਿ ਗਏ ਤੁਸੀਂ, ਉਹਨੂੰ ਕਹਿੰਦਾ ਲੱਗਾ ਨਹੀਂ ਲਿਆ ਆਪਣਾ, ਉਹਨੂੰ ਪਤਾ ਕੀ ਆਂਦਾ ਠਾਕਰ ਨੂੰ, ਆਂਦਾ ਆਉਣਾ ਤੂੰ, ਉਹ ਕਹਿੰਦਾ ਹਾਂ ਆਉਣਾ, ਕਹਿੰਦਾ ਪਰ ਸੀਟ ਪਿੱਛੇ ਮਿਲਣੀ ਆ, ਮੂਹਰੇ ਦੀ ਨਾਸ ਰੱਖੀ ਤੇ, ਉਹ ਕਹਿੰਦਾ ਮੈਂ ਨਹੀਂ ਆਉਣਾ, ਮੈਂ ਮਾਸੀ ਕਹਿੰਦੀ ਮੈਨੂੰ ਮਹਿਕ ਨੂੰ ਪਿੱਛੇ ਬਿਠਾ ਦੇ ਤੁਸੀਂ ਚਲਾ ਲਓ। ਲਓ ਵੀ ਇਸ ਇਨਸਾਨ ਨੇ ਆਪਣੇ ਵੱਡੇ ਭਰਾ ਨੂੰ ਗੁੰਮਰਾਹ ਕੀਤਾ ਕਿ ਪਿਛਲੀ ਸੀਟ ਏ ਮਿਲਣੀ ਆ, ਉਹ ਵਿਚਾਰਾ ਆਇਆ ਹੀ ਨਹੀਂ ਤੇ ਆਪ ਸੱਜ ਕੇ ਮੋਹਰੇ ਬਹਿ ਗਿਆ। ਇਹਨੇ ਪਹਿਲਾਂ ਕਲੀਅਰ ਕਰਤਾ ਇਹਦਾ ਮਤਲਬ, ਮੈਂ ਕਿਹਾ ਦੂਸਰਾ ਮੈਨੂੰ ਵੀ ਕਹਿੰਦਾ, ਮੈਂ ਕਿਹਾ ਮੋਹਰੇ ਕਿਵੇਂ ਬੈਠੂਗਾ, ਕਹਿੰਦਾ ਮੈਂ ਮੋਹਰੇ ਬੈਠਦਾ ਕਿ ਤੁਹਾਨੂੰ ਮਾਰੇ ਆ, ਹਾਂ ਐਸਾ ਨਹੀਂ ਹੁੰਦਾ, ਹਾਂ ਮੋਹਰੇ ਬੈਠਦਾ, ਇਹਨੂੰ ਮੋਹਰੇ ਬੈਠਣ ਦਾ ਚਾਹ ਹੈ ਨਾ, ਕੱਲ ਨੂੰ ਚੱਲੂਗਾ ਫਿਰ
ਕੱਲ ਨੂੰ ਜਾਣਾ ਨਾਲ ਕਿਹਨੇ ਕਿਹਨੇ ਜਾਣਾ ਕੱਲ ਨੂੰ ਸਾਰੇ ਮਾਸੜ ਨੇ ਵੀ ਮਾਸੜ ਰਹੂਗਾ ਇੱਕ ਗੋਲਾ ਗੋਲ ਵੀ ਘਰੇ ਗੋਲੇ ਨੂੰ ਪਿੱਛੇ ਇੱਕ ਮੈਂਬਰ ਹੋਰ ਵਧਣਾ ਕੌਣ ਬੀਟਾ ਕੱਲ ਨੂੰ ਕੇ ਪਿੱਛੇ ਬਹਿ ਹੋਏ ਸਾਰਿਆਂ ਨੂੰ ਅੱਛਾ ਮਾਸੀ ਨੂੰ ਵੀ ਚੱਕਣਾ ਰਸਤਾ ਮਾਸੀ ਦਾ ਮੇਨ ਕਰੈਕਟਰ ਆ ਉਹਨੂੰ ਬੱਸੇ ਚੜਾ ਰਹੀ ਆ ਮੇਰੀ ਗੱਲ ਸੁਣ ਕੱਲ ਨੂੰ ਮੈਂ ਫਿਰ ਮੋਹਰੇ ਬਹਿ ਜਾਊਂਗੀ ਤੁਸੀਂ ਚਾਰੇ ਪਿੱਛੇ ਬਹਿ ਜਿਓ ਕੱਲ ਨੂੰ ਲੜਾਈ ਹੋ ਗਈ ਅਸਲ ਤਾਂ ਸਵੇਰ ਨੂੰ ਚਲੋ ਵੀ ਹੁਣ ਆਪਾਂ ਚੱਲੇ ਆ ਮਾੜੇ ਇੱਕ ਜ਼ਰੂਰੀ ਕੰਮ ਕਰਨ ਜ਼ਰੂਰੀ ਕੰਮ ਕਿਹੜਾ ਕਰਨ ਚੱਲੇ ਆ ਦੱਸੋ ਇਹਨਾਂ ਨੇ ਕੋਈ ਫੁਸਰ ਫੁਸਰ ਕੀਤੀ ਆ ਜਿਹੜੀ ਕਿ ਮੈਨੂੰ ਮਾਸੀ ਨੇ ਦੱਸੇ ਦੇਣੀ ਬਸ ਕੀ ਆ ਨਾ ਬਲੈਕ ਬਲੈਕ ਵੀ ਸੋਹਣਾ ਆ ਸੀ ਪਾਰਟੀ ਵੇਅਰ ਹੈ ਆ ਸੋਹਣਾ ਹਨਾ ਬਲੈਕ ਮੈਂ ਕਹਿੰਦੀ ਹਾਂ ਠੀਕ ਆ ਬਸ ਸਾਈਜ਼ ਆ ਜਾਵੇ ਇਹ ਸਾਈਜ਼ ਆ ਜਾਊਗਾ ਮੈਨੂੰ ਕਹਿੰਦਾ ਲੈਣੀ ਇੱਕੋ ਹੀ ਸੀ ਆ ਗਏ 4-5 ਜਣੇ ਲੁਧਿਆਣੇ ਦੇਖੋ ਬਈ ਚਹਿਲ ਪਹਿਲ ਕਿੰਨੀ ਜ਼ਿਆਦਾ ਰੌਣਕ ਮੇਲਾ ਲੁਧਿਆਣੇ ਆ ਕੇ ਜੀ ਬਹੁਤ ਲੱਗਦਾ ਹਨਾ ਮੰਮੀ ਅੱਜ ਪਤਾ ਨਹੀਂ ਕੀ ਆਉਂਦੀ ਮੰਮੀ ਕਹਿੰਦੀ ਮਾਸੀ ਤੇਰੀ ਗਰਾਇਆਂ ਵੱਲ ਵਿਆਹੀ ਹੋਣੀ ਚਾਹੀਦੀ ਸੀ ਫਿਰ ਤੁਸੀਂ ਸਿੱਧਾ ਇੱਥੇ ਆਉਂਦੇ ਇੱਥੋਂ ਸਿੱਧਾ ਆਪਾਂ ਚਾਨੀਆਂ ਜਾਂਦੇ ਓਏ ਮੇਰੀ ਗੱਲ ਸੁਣ ਕੀ ਕਿਹਾ ਸੀ ਤੈਨੂੰ ਮੈਂ ਜਦੋਂ ਬਾਹਰ ਜਾਊਂਗੇ ਜਿਹੜਾ ਵੀ ਲੇਟੈਸਟ ਮਾਡਲ ਹੋਊਗਾ ਹਾਏ ਭੇਜਾਂਗੀ ਬਾਬਾ ਹੀ ਛੇਤੀ ਚੱਲ ਜਾਵਾਂਗੇ ਤੇ ਉਦੋਂ ਨੂੰ 18 ਟੂਰਾਂ ਲਾ ਜਵੇ ਬੜਾ ਮਹਿੰਗਾ ਪੈ ਜਾਊਗਾ ਫੇਰ ਤਾਂ ਤੂੰ ਬਸ ਇਹ ਸੁੱਖ ਸੁੱਖਿਆ ਕਰ ਵੀ ਮੇਰੀ ਦੀਦੀ ਛੇਤੀ ਚੱਲ ਜਵੇ ਕੀ ਕਹਿਣਾ ਮੁੱਕਰ ਜਵੇ ਬਾਹਰ ਜਾ ਕੇ ਨਹੀਂ ਮੁੱਕਰਦੀ ਹੋਏ ਤੈਨੂੰ ਮੇਰੇ ਤੇ ਯਕੀਨ ਨਹੀਂ ਕਿਸੇ ਨੇ ਕਮੈਂਟ ਕੀਤਾ ਮੈਂ ਕਹਿੰਦੀ ਕੱਲ ਪਰਸੋਂ ਕਹਿੰਦੇ ਮੁਕੱਲਾ ਜਿਹੜਾ ਪ੍ਰੈਂਕ ਕੀਤਾ ਸੀ ਜਿੱਤਾ ਪ੍ਰੈਂਕ ਕੀਤਾ ਸੀ ਚਾਨੀਆਂ ਕਹਿੰਦੇ ਬਹੁਤ ਵਿਚਾਰਾ ਵਿਚਾਰਾ ਰੋਣ ਹਾਕਾ ਹੀ ਕਰਤਾ ਤੁਸੀਂ ਹੋਏ ਕੁੱਟ ਕੋਠੇ ਚੜਾਤਾ ਕਿਧਰੇ ਇਹਨੂੰ ਹੁਣ ਨੀ ਇਹਨੇ ਉੱਲੂ ਬਣਨਾ ਨਾ ਉਦੋਂ ਬਣ ਗਿਆ ਸੀ ਨਾ ਮੁਗਲ ਡਰ ਗਿਆ ਸੀ ਕਹਿੰਦੇ ਕਹਿੰਦੇ ਮੈਂ ਕਦੀ ਪਰੋਸ ਕੇ ਚਲ ਗਿਆ ਅੱਜ ਫੇਰ ਕਰੀਏ ਅੱਜ ਠਾਕਰ ਦੇ ਕਰੀਏ ਉਦੋਂ ਸੁੱਤ ਕਢਾਉਂਦੇ ਦੀ ਆਵਾਜ਼ ਵੀ ਨੀ ਨਿਕਲਣੀ ਸਵੇਰੇ ਜਿਹੜਾ ਪ੍ਰੈਂਕ ਹੋਇਆ ਸੀ ਮਾਮੀ ਨਾਲ ਮਾਨਸੀ ਨੂੰ ਇੱਥੇ ਛੱਡ ਗਏ ਕਿਉਂਕਿ ਸਾਡੇ ਵਿੱਚ ਇੱਕ ਬੰਦੇ ਦਾ ਥੋੜਾ ਜਿਹਾ ਸਿਸਟਮ ਮਿਲਿਆ ਸ਼ੇਕ ਪੀ ਕੇ ਜਾਵਾਂਗੇ ਓਏ ਆਪਾਂ ਕਿਹੜਾ ਕਿਹੜਾ ਸ਼ੇਕ ਮਿਲਦਾ ਇੱਥੋਂ ਸੋਡਾ ਸ਼ਾਇਦ ਸ਼ੇਕ ਲਈ ਕਿਹਾ ਸੀ ਉੱਤੇ ਪਾਗਲ ਲੱਭਣਾ ਮੈਨੂੰ ਅਸੀਂ ਇੱਥੇ ਪੈਨੇ ਤੂੰ ਚੱਲ ਜਾ ਮੈਂ ਕਹਿੰਦੀ ਲੋਕ ਲੈ ਆਉਂਗੇ ਨਹੀਂ ਖੁੱਲੀ ਛੱਡ ਕੇ ਆਵਾਂਗੇ ਮੁਕਲ ਮੜਾ ਮੂਰੇ ਉਤਰ ਕੇ ਦੇਖੇਗਾ ਕਿਵੇਂ ਆ ਉਹ ਵੀ ਦੇਖ ਇਤਰ ਦੇਖ ਤੂੰ ਭਈ ਆ ਗਈ ਵਾਰੀ ਗੁੱਚੀ ਗੈਂਗ ਦੀ ਵਾਰੀ ਵੀ ਆ ਗਈ ਇੱਕੋ ਜਿਹੀਆਂ ਟੀ-ਸ਼ਰਟਾਂ ਪਾਈਆਂ ਤਿੰਨਾਂ ਨੇ ਇੱਕੋ ਜਿਹੀਆਂ ਟੀ-ਸ਼ਰਟਾਂ ਪਾਈਆਂ ਭੈਣ ਭਰਾ ਭਾਈ ਇੱਥੇ ਪਛਾਣ ਆ ਸਾਡੀ ਹਮ ਸਾਥ ਪਰ ਦਿਮਾਗ ਦਾ ਨਹੀਂ ਚੱਲਦਾ ਆਵਾਜ਼ ਨਹੀਂ ਸੁਣੀ ਹੋਣੀ ਤੇ ਮਿਊਟ ਬਟਨ ਲਾ ਕੇ ਰੱਬ ਦੇ ਦਿੱਤਾ ਨੋ ਲਾਇਆ ਹੀ ਵੱਡਾ ਗੋਲਾ ਜਿੱਥੋਂ ਤੇਜ਼ ਹੋਈ ਪਈ ਆਵਾਜ਼ ਕਦੇ ਕਦੇ ਹੁੰਦੀ ਆ
ਮੈਂ ਤੂੰ ਗੁਲਾਬੀ ਘੱਟ ਪਵਾ ਕੇ ਲਿਆ ਗੁਲਾਬੀ ਲਾਂਬਾ ਦੇ ਆਉਣੇ ਆ ਲਵਲੀ ਵਾਲੇ ਖੁੱਲੇ ਲਵਲੀ ਵਾਲੇ ਦੀ ਪ੍ਰਮੋਸ਼ਨ ਕਰੀ ਜਾਂਦੇ ਆ ਅੱਛਾ ਕੱਲ ਨੀ ਹੋਈ ਸਹੀ ਗੱਲ ਚਲੋ ਜੀ ਪੱਕੀ ਗੱਲ ਮਾਮੂ ਦੀ ਗੁਲਾਬੀ ਚੁੱਕਦੀ ਕੱਪੜੇ ਆਪੇ ਆਪਣੀ ਪਸੰਦ ਦੇ ਲੈ ਲਈ ਰਸਗੁੱਲਾ ਦੇ ਦੀ ਨਾ ਮੈਨੂੰ ਹੱਥ ਤੇ ਗੋਲੇ ਦੇ ਵੀ ਬੰਨਣ ਲੱਗੀ ਆ ਨਾ ਪਤਾ ਗੋਲਾ ਗੋਲਾ ਦੰਦੀਆਂ ਵੀ ਖੇਡੇ ਬਸ ਕੀ ਹੋਇਆ
ਪੇਠਾ ਲਿਆਂਦਾ ਚਿੱਟਾ ਸੀ ਇਹ ਤਾਂ ਜਾਮਣੀ ਆਲੂ ਤਾਂ ਨਹੀਂ ਆਲੂ ਪਏ ਪਏ ਜਾਮਣੀ ਹੋ ਜਾਂਦੇ ਇਹਨਾਂ ਦਾ ਪੇਠਾ ਹੋ ਗਿਆ ਨਹੀਂ ਨਾ ਦਿੰਦਾ ਖਾ ਕੇ ਦੇਖੋ ਮਾਸੀ ਖਾ ਕੇ ਦੇਖੀ ਹੈ ਲੜਾਈ ਹੁੰਦੀ ਆ ਹੁਣ ਪ੍ਰਾਹੁਣਾ ਚਾਰੀ ਕਹਿੰਦੇ ਪਕਵਾਨ ਇੱਕ ਦੋ ਤਿੰਨ ਖੀਰਾ ਨਾਲ ਆ ਕੀ ਆ ਅਚਾਰ ਕਿਵੇਂ ਲੱਗਾ ਅੱਜ ਦਾ ਰੰਗਾ ਰੰਗ ਪ੍ਰੋਗਰਾਮ ਖਾਣਾ ਪਾਣੀ ਮਾਸੀ ਨੂੰ ਭੱਜਿਆ ਹੀ ਬਾਹਰੋਂ ਮਾਸੀ ਕਹਿੰਦੀ ਮੇਰੇ ਕਿਹੜੀ ਨੂੰ ਸਵਾਦ ਆਉਂਦਾ ਮੈਂ ਕਿਹਾ ਦੋਨੇ ਹੀ ਕਹਿੰਦਾ ਉਹਨੇ ਸਾਰੀ ਜ਼ਿੰਦਗੀ ਮੇਰੇ ਤੋਂ ਖਾਣੀ ਆ ਇੱਥੇ ਆ ਕੇ ਮਾਸੀ ਤੋਂ ਖਾਣੀ ਆ ਸੋ ਉਹਨੇ ਦੋਨੇ ਹੀ ਕਹਿ ਦਿੱਤਾ ਚਲੋ ਕਹਿੰਦੀ ਨਿਕਲੋ ਬਾਹਰ ਮਾਮੂ ਜਿੱਥੇ ਆ ਕੇ ਮਾਮੂ ਹੱਥ ਆ ਜਾਓ ਸੋਹਣੇ ਆਏ 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 ਨੰਗੋ ਬਾਹਰ ਚਲੋ ਬਾਹਰ ਚਲੋ ਬਾਹਰ ਜਰੋ ਬਾਹਰ ਚਲ ਹਾਂਜੀ ਬੋਲੀਏ ਮਾਮਾ ਜੀ ਕੀ ਖਾਓਗੇ ਜੋ ਮਰਜ਼ੀ ਰਾਜਮਾ ਰੋਟੀ ਨਾਲ ਚੌਲ ਚੌਲ ਖਾਊਂਗਾ ਮਾਸੀ ਕਿਹੜੀ ਵਧੀਆ ਲੱਗੀ ਤੈਨੂੰ ਸਬਜ਼ੀ ਤੂੰ ਮੈਨੂੰ ਦੱਸ ਕਿਉਂ ਕਾਲਜ ਜਦੋਂ ਪਾ ਕੇ ਦਿੱਤੀਆਂ ਸੀ ਤੋਰੀਆਂ ਅੱਜ ਇਹਨਾਂ ਨੂੰ ਮੈਂ ਮਾਲਵੇ ਵਾਲੀਆਂ ਤੋਰੀਆਂ ਬਣਾ ਕੇ ਦਿੱਤੀਆਂ ਦੁੱਧ ਵਾਲੀਆਂ ਦੇਖੋ ਮਾਸੜ ਦਾ ਰਿਵਿਊ ਲਵਾਂਗੇ ਇਹਨਾਂ ਨੂੰ ਤਾਂ ਮਾਸੜ ਲਈ ਬਣਾਤੀਆਂ ਆ ਕੱਲ੍ਹ ਨੂੰ ਪੈਕ ਕਰਕੇ ਲੈ ਜਾਂਗੇ ਚਾਨੀਆਂ ਵਾਲਿਆਂ ਨੇ ਉਹ ਵੀ ਬਹੁਤ ਖਾਂਦੇ ਦੁੱਧ ਵਾਲੀਆਂ ਡੈਡੀ ਨੂੰ ਦੇ ਦਾਂਗੇ ਇੱਕ ਗੋਲੀ ਵੰਡਦੇ ਜਾਵਾਂਗੇ ਇੱਥੋਂ ਲੁਧਿਆਣੇ ਹੋਰ ਤੋਰੀਆਂ ਦਾ ਲੰਗਰ ਲਾਉਂਦੇ ਜਾਵਾਂਗੇ ਮਾਲਵੇ ਦੀਆਂ ਦਾ ਲਓ ਬਈ ਮਾਸੀ ਨੇ ਬਣਾਏ ਸੀ ਮੇਰੀ ਫਰਮੈਸ਼ ਦੇ ਸਪੈਸ਼ਲ ਰਾਜਮਾ ਤੇ ਉੱਧਰ ਬਣੇ ਹੋਏ ਕੁੱਕਰ ਚ ਚੌਲ ਅੱਧਾ ਕੁੱਕਰ ਸਿੰਖ ਚ ਸੁੱਟਿਆ ਅੱਧਾ ਬਾਹਰ ਆ ਮਾਂ ਅੱਜ ਉਹ ਨੀ ਹੁੰਦੀ ਸੀਟੀ ਨੀ ਸੀ ਵੱਜਦੀ ਆ ਪਏ ਆ ਚੌਲ ਤੂੰ ਕਿਵੇਂ ਇਕੱਲੀ ਨੇ ਖਾਣੇ ਤਾਂ ਇੰਨੇ ਬਣਾਏ ਆ ਹਾਂ ਕਾਕੇ ਕਿੱਥੇ ਲੈ ਕੇ ਚੱਲਾਂ ਮੈਨੂੰ ਅੰਦਰ ਜਾਣਾ ਆ ਫਰਿੱਜ ਚ ਕੀ ਆ ਫਰਿੱਜ ਚ ਕੀ ਆ ਪੁੱਤ ਹੈ ਕਿਨੇ ਨਾ ਇਹ ਚ ਹੈ ਨੀ ਸੌਸ ਕਾਕੇ ਆਹ ਖਾ ਲਾ ਕਿੰਡਰ ਜੋਏ ਆ ਵੇ ਮਾਮੂ ਲੈ ਕੇ ਆਇਆ ਸੀ ਕਿੰਡਰ ਜੋਏ ਉਹ ਲੈ ਲਾ ਉਹਦੇ ਉਹਦੇ ਖੋਲਤਾ ਮਾਮੂ ਨੇ ਖਾ ਲਾ ਮਾਮੂ ਤੋਂ ਮਾਮੂ ਹੀ ਖਿਲਾਊਗਾ ਪੁੱਤ ਮੈਨੂੰ ਤਾਂ ਖਵਾਉਣਾ ਹੀ ਨਹੀਂ ਆਉਂਦਾ ਮਾਮੂ ਹੀ ਲੈ ਕੇ ਆਇਆ ਸੀ ਚਮਚਾ ਦੇ ਇਹਦੇ ਵਿੱਚ ਹੈ ਨਹੀਂ ਮਾਮੂ ਲੈ ਕੇ ਆਇਆ ਸੀ ਵੱਡਾ ਲੈ ਕੇ ਆਇਆ ਸੀ ਚਮਚਾ ਮਾਮ ਦਿੰਨੀ ਇੱਕ ਮਿੰਟ ਰੋਟੀ ਫੜਾ ਦਵਾਂ ਲਓ ਜੀ ਰੋਟੀ ਮਾਸੀ ਦੀਆਂ ਰੋਟੀਆਂ ਨਿੱਕੀਆਂ ਨਿੱਕੀਆਂ ਗੋਲ ਗੋਲ ਹੁੰਦੀਆਂ ਆ ਜਾ ਕਾਕੇ ਮਰ ਗਈਆਂ ਨਿੱਕੀਆਂ ਵੀ ਗੋਲ ਵੀ
ਦੋਨੇ ਚੀਜ਼ਾਂ ਗੋਲਾ ਆਰਾਮ ਨਾਲ ਸੁੱਤਾ ਪਿਆ ਆ ਗੇਮ ਤੈਨੂੰ ਖੇਡਣੇ ਨੀ ਦੇਣੀ ਅੱਜ ਆਪਣੀ ਐਵੇਂ ਸੁੱਤੀ ਹੋਣਾ ਮੈਂ ਉਹ ਖਾ ਲਾ ਪੁੱਤ ਉਹ ਖਾ ਲਾ ਮਾਮੂ ਤੋਂ ਓਏ ਕਾਕੇ ਆ ਵੇ ਉਸਨੇ ਸਪੈਸ਼ਲ ਮੇਰੇ ਲਈ ਰਾਜਮਾਂਹ ਚੌਲ ਬਣਾਏ ਆ ਕਿਉਂਕਿ ਮੈਨੂੰ ਮਾਸੀ ਦੇ ਹੱਥਾਂ ਦੇ ਰਾਜਮਾਂਹ ਚੌਲ ਬਹੁਤ ਜ਼ਿਆਦਾ ਸਿਰਾ ਲੱਗਦੇ ਆ ਅਤੇ ਬਹੁਤ ਟੇਸਟੀ ਆ ਜਾਂਦੇ ਨੇ ਜਿਹਨੇ ਖਾਣੇ ਆ ਇਹਨੂੰ ਵੀ ਰਾਜਮਾਂਹ ਬਹੁਤ ਪਸੰਦ ਆ ਅਤੇ ਮੈਨੂੰ ਵੀ ਪਰ ਇਹ ਰੋਟੀ ਖਾ ਰਿਹਾ ਮੈਂ ਚੌਲ ਖਾ ਰਹੀ ਹਾਂ ਪਰ ਰਾਤ ਨੂੰ ਕਿਉਂਕਿ ਇਹ ਚੌਲ ਨਹੀਂ ਖਾਂਦਾ ਹੈਨਾ ਦੁਪਹਿਰੇ ਤਾਂ ਖਾ ਹੀ ਲੈਂਦਾ ਹਾਂ ਆਪਣੇ ਪਰ ਫੇਵਰੇਟ ਆ ਇਹ ਕਾਲੀ ਕਾਲੀ ਦਾਲ ਵੀ ਬਹੁਤ ਖਾਂਦਾ ਨਾ ਭਾਰਥਾ ਬਣਾ ਕੇ ਦਿੱਤਾ ਸੀ ਇੱਕ ਵਾਰੀ ਮੈਂ ਜਦੋਂ ਤੂੰ ਮੰਡੀਓ ਆਇਆ ਸੀਗਾ ਲੋ ਵੀ ਗੁੱਡ ਨਾਈਟ ਮੈਂ ਕਦੀ ਵੀ ਇੱਧਰ ਸੌਂ ਗਏ ਤਾਂ ਵੀਰ ਵੀ ਸੌਂ ਗਿਆ ਅਤੇ ਮੈਂ ਵੀ ਦੇਖੀ ਸੌਣ ਕੇ ਆਪਾਂ ਮਿਲਦੇ ਹਾਂ ਕੱਲ੍ਹ ਨੂੰ ਨਵੇਂ ਬਲੌਗ ਦੇ ਨਾਲ ਆਈ ਹੋਰ ਤੁਹਾਨੂੰ ਬਲੌਗ ਬਹੁਤ ਵਧੀਆ ਲੱਗਾ ਹੋਊਗਾ ਸੋ ਕਮੈਂਟ ਕਰਕੇ ਜ਼ਰੂਰ ਦੱਸਿਓ ਬਲੌਗ ਕਿੱਦਾਂ ਦਾ ਲੱਗਾ ਅਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਾਏ ਬਾਏ